ਅਸਲਾਮ ਅਲੈਕੁਮ ਜੀ, ਕੀ ਹਾਲ ਹੈ ਜੀ ਤੁਹਾਡਾ? ਕੀ ਨਾਂ ਜਨਾਬ ਦਾ? ਆਸਿਫ ਸਈਦ। ਆਸਿਫ ਸਈਦ ਸਾਹਿਬ, ਬੱਚਿਓ ਇੱਧਰ ਨੂੰ ਆਓ ਤੁਸੀਂ ਵੀ। ਸਾਡੀ ਭਾਬੀ ਜੀ, ਬੜੀ ਖੁਸ਼ੀ ਹੋਈ ਜੀ ਤੁਹਾਡੇ ਨਾਲ ਮਿਲ ਕੇ। ਕੀ ਨਾਂ ਇਹਨਾਂ ਦਾ? ਮਿਸਬਾ। ਮਿਸਬਾ ਜੀ, ਮਿਸਬਾ ਦਾ ਮਤਲਬ ਹੁੰਦਾ ਰੋਸ਼ਨੀ, ਚਿਰਾਗ, ਲਾਈਟ। ਰੋਸ਼ਨੀ ਇਹ ਥੋੜਾ ਕਿੱਧਰ ਹੋ ਜਾਓ ਪਾਈ ਹੁਣੀ ਕਹਿਣ ਡਿਆ। ਬੜੀ ਮਿਹਰਬਾਨੀ ਤੁਹਾਡੀ, ਤੁਹਾਨੂੰ ਥੋੜਾ ਸਾ ਇਹ ਦੱਸੋ ਜੀ ਜਨਾਬ ਦੇ ਆਪਣੇ ਬੱਚੇ ਜੀ ਮਾਸ਼ਾਅੱਲਾ। ਕੀ ਨਾਂ ਇਹਨਾਂ ਦਾ ਬੱਚੇ? ਆਪਦਾ ਨਾਮ? ਮੁਜ਼ਨਾ। ਉਧਰ ਦੇਖ ਕੇ ਮੁਜ਼ਨਾ। ਆਪਦਾ? ਬੋਇਸ। ਬੜੇ ਸੋਹਣੇ ਦੇ ਪਾਲੇ ਪਾਲੇ ਬੱਚੇ ਜੀ ਤੁਹਾਡੇ। ਮੇਰਾ ਜੀ ਇਹ ਸਵਾਲ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਦੌਰ ਚੱਲ ਰਿਹਾ ਤੁਹਾਨੂੰ ਪਤਾ ਹੀ ਹੈ ਇਹਦੇ ਬਾਰੇ, ਕਿ ਦੱਸੋ ਵਿਆਹ ਉਹ ਆਪਣੀ ਮਰਜ਼ੀ ਦਾ ਹੋਣਾ ਚਾਹੀਦਾ ਕਿ ਮਾਂ ਪਿਓ ਦੀ ਮਰਜ਼ੀ ਦਾ? ਨਹੀਂ, ਵਾਲਦੈਨ ਕੀ ਮਰਜ਼ੀ ਕੇ ਸਾਥ ਹੋਣਾ ਚਾਹੀਏ। ਆਪਣੀ ਪਸੰਦ ਕਾ ਇਜ਼ਹਾਰ ਕਰ ਸਕਤੇ ਹੈਂ, ਲੇਕਿਨ ਵਾਲਦੈਨ ਕੀ ਜੋ ਹੈ ਨਾ ਰਜ਼ਾਮੰਦੀ, ਵੋ ਵੀ ਜ਼ਰੂਰੀ ਹੈ। ਪਸੰਦ ਆਪਣੀ ਆਪ ਬਤਾ ਦੇ ਵਾਲਦੈਨ ਕੋ, ਅਗਰ ਵੋ ਵੀ ਉਸ ਪਰ ਐਗਰੀ ਕਰੇ ਤੋ ਜ਼ਿਆਦਾ ਬਿਹਤਰ। ਲੌਂਗ ਲਾਈਫ ਜੋ ਹੈ ਨਾ ਵੋ ਆਪਕੀ ਸ਼ਾਦੀ ਕਾ ਵੋ ਇੱਕ ਰਾਜ਼। ਤੇ ਜੇ ਤੁਸੀਂ ਆਪਣੀ ਪਸੰਦ ਦੱਸਤੀ ਆ, ਜੇ ਮਤਲਬ ਇਹ ਮੇਰੇ ਕਹਿੰਦਾ ਕਿ ਜੇ ਸਾਡੇ ਮਾਤਾ ਪਿਤਾ ਹੁਣੀ ਨਹੀਂ ਮੰਨਦੇ, ਮਾਂ ਪਿਓ ਨਹੀਂ ਮੰਨਦੇ, ਤੇ ਫਿਰ ਇਸ ਬਾਰੇ ਤੁਸੀਂ ਕੀ ਆਂਦੇ ਹੋ? ਮੇਰਾ ਖਿਆਲ ਹੈ ਕਿ ਵਾਲਦੈਨ ਕੀ ਰਜ਼ਾਮੰਦੀ ਮੈਂ ਇਨਸਾਨ ਕੀ ਰਜ਼ਾਮੰਦੀ ਹੋਣੀ ਚਾਹੀਏ। ਜੀ ਭਾਬੀ ਜੀ, ਤੁਹਾਡਾ ਇਸ ਬਾਰੇ ਕੀ ਖਿਆਲ ਹੈ? ਖਾਲੀ ਜੋੜਾ, ਕਿਉਂਕਿ ਇਹਨਾਂ ਨੇ ਹਾਲੇ ਤੱਕ ਗੱਲ ਨਹੀਂ ਬਦਲੀ। ਬੜਾ ਜੀ, ਬੜੀ ਜੀ, ਬੜੀ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ। ਇੱਥੋਂ ਇਹੀ ਪਤਾ ਲੱਗਦਾ ਕਿ ਵਿਆਹ ਜਿਹੜਾ ਉਹ ਮਾਂ ਪਿਓ ਦੀ ਮਰਜ਼ੀ ਨਾਲ ਹੀ ਹੋਵੇ ਤੇ ਬੰਦਾ ਜਿਹੜਾ ਲੌਂਗ ਲਾਈਫ ਤੱਕ ਚੱਲ ਸਕਦਾ, ਕਿਉਂਕਿ ਉਹਨਾਂ ਦੀਆਂ ਦੁਆਵਾਂ ਤੁਹਾਡੇ ਸਿਰ ਤੇ ਹੁੰਦੀਆਂ, ਉਹਨਾਂ ਦਾ ਆਸ਼ੀਰਵਾਦ ਤੁਹਾਡੇ ਨਾਲ ਹੁੰਦਾ। ਇਹੀ ਗੱਲ ਆ, ਇਹੀ ਮੈਸੇਜ ਅੱਜ ਦਾ। ਬੜੀ ਖੁਸ਼ੀ ਹੋਈ ਜੀ ਤੁਹਾਡੇ ਨਾਲ ਮਿਲ ਕੇ। ਮਾਈ ਪਲੇਜ਼ਰ ਜੀ, ਥੈਂਕ ਯੂ।